ਵਾਰੀ ਜਾਵਾਂ ਮੈਂ ਬਲਿਹਾਰੀ ਜਾਵਾਂ ਮੈਂ ਵਾਰੀ ਵਾਰੀ ਜਾਵਾਂ ਮੈਂ ਬਲਿਹਾਰੀ ਜਾਵਾਂ ਮੈਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦ ਵਾਰੀ ਜਾਵਾਂ ਮੈਂ ਮੇਰੇ ਸਤਿਗੁਰੂ ਜੀ ਘਰ ਆਏ ਨੇ ਜਿੰਦ ਵਾਰੀ ਜਾਵਾਂ ਮੈਂ ਸਮਾਏ ਜਿੰਦਵਾਰੀ ਜਾਵਾਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ ਮੇਰੇ ਸਤਿਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ ਸੁਖ ਚੈਨ ਘਰ ਮੇ ਸਮਾਏ ਜਿੰਦਵਾਰੀ ਜਾਵਾਂ ਮੇਰੇ ਗੁਰੂ ਜੀ ਘਰ ਆਏ ਨੇ ਜਿੰਦਵਾਰੀ ਜਾਵਾਂ। ਨਗਰ ਜਨਾ ਮੇਰੀ ਜਾਤ ਬਿਖਿਆਤ ਚਮਾਰ ਨਗਰ ਜਨਾ ਨਗਰ ਜਨਾ ਨਗਰ ਜਨਾ ਮੇਰੀ ਜਾਤ ਬਿਖਿਆਤ ਚਮਾਰ ਨਗਰ ਨਗਰ ਜਨਾ ਮੇਰੀ ਜਾਤ ਬਿਖਿਆਤ ਚਮਾਰ ਨਗਰ ਜਨਾ ਨਗਰ ਹਿਰਦੈ ਰਾਮ ਗੋਬਿੰਦ ਗੁਣ ਸਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰ ਨਗਰ ਜਨਾ ਮੇਰੀ ਜਾਤ ਬਿਖਿਆਤ ਚਮਾਰ
ਮੇਰੀ ਜਾਤ ਵਿਖਿਆਤ ਚਮਾਰ ਨਗਰ ਜਨਾ ਹਿਰਦੈ ਰਾਮ ਗੋਬਿੰਦ ਗੁਣ ਸਾਰੰ ਹਿਰਦੈ ਰਾਮ ਗੋਬਿੰਦ ਗੁਣ ਸਾਰੰ ਨਗਰ ਜਨਾ ਮੇਰੀ ਵਿਖਿਆਤ ਚਮਾਰ ਨਗਰ ਜਨਾ ਨਗਰ ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ ਨਗਰ ਜਨਾ ਸਰਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨ ਸੰਤ ਜਨ ਕਰਤ ਨਹੀਂ ਪਾਨ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰਾ ਪਵਿੱਤਰ ਨਤ ਅਵਰ ਜਲ ਵਿਖਿਆਤ ਚਮਾਰ ਨਗਰ ਜਨਾ ਨਗਰ ਜਨਾ ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ ਨਗਰ ਜਨਾ ਭਗਤ ਲਿਖੀਏ ਤੇ ਉਪਰ ਭਗਤ ਭਗਤ ਲਿਖੀਏ ਤੇ ਉਪਰ ਪੂਜੀਏ ਕਰ ਨਮਸਕਾਰ ਪੂਜੀਏ ਕਰ ਨਮਸਕਾਰ ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ ਨਗਰ ਜਨਾ ਨਗਰ ਜਨਾ ਨਗਰ ਜਨਾ ਮੇਰੀ ਜਾਤ ਵਿਖਿਆਤ
ਬੰਡਲਾ ਠੋਰ ਠੋਵਨ ਜਾਤ ਕੁੱਟ ਬੰਡਲਾ ਠੋਰ ਠੋਵਨ ਨਿਤ ਬਨਾਰ ਸਿਆਸ ਪਾਸ ਨਿਤ ਬਨਾਰ ਸਿਆਸ ਪਾਸ ਅਬ ਪਿੱਪਰ ਪ੍ਰਧਾਨ ਤੇ ਕਰ ਡੰਡੋ ਅਬ ਪਿੱਪਰ ਪ੍ਰਧਾਨ ਤੇ ਕਰ ਡੰਡੋ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ ਤੇਰੇ ਨਾਮ ਸ਼ਰਨਾਏ ਰਵਿਦਾਸ ਦਾਸ ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ ਨਗਰ ਜਨਾ ਨਗਰ ਜਨਾ ਨਗਰ ਜਨਾ ਮੇਰੀ ਜਾਤ ਵਿਖਿਆਤ ਚਮਾਰ ਨਗਰ Thank you.
ਪਾਇਆ ਸਵਾ ਜਿਨ ਬੁਝਿਆ ਤਿਸ ਆਇਆ ਸਵਾ ਜਿਨ ਬੁਝਿਆ ਤਿਸ ਆਇਆ ਸਵਾ ਓਏ ਤਾਤੇ
जन का सेवक सोवड भागी जन का सेवक सोवड भागी जन के संग एक लिव लागी जन के संग एक लिव लागी जन के संग एक लिव लागी हुए ताते दुख काटे दुख काट जाके संग तरे संसार ओए दाते दुख काट Thank you.
ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ ਜਿਤ ਘਟ ਵਸੇ ਪਾਰ ਬ੍ਰਹਮ ਸੋਈ ਸੁਹਾਵਾ ਥਾਂ ਜਮ ਕੰਕਰ ਨੇੜ ਨਾ ਆਵਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣਿਆ ਨਾ ਜਾਪੇ ਆਰਾਧ ਓਟ ਤੇਰੀ ਜਗ ਜੀਵਨਾ ਓਟ ਤੇਰੀ ਜਗ ਜੀਵਨਾ ਮੇਰੇ ਠਾਕੁਰ ਅਗਮ ਅਗਾਦ ਭਏ ਕ੍ਰਿਪਾਲ ਗੁਸਾਈਆਂ ਭਏ ਕ੍ਰਿਪਾਲ ਗੁਸਾਈਆਂ ਨੱਠੇ ਸੋਗ ਸੰਤਾਪ ਤੱਤੀ ਵਾਓ ਨਾ ਲੱਗਈ ਤੱਤੀ ਵਾਓ ਨਾ ਲੱਗਈ ਸਤਿਗੁਰ ਰੱਖੇ ਆਪ ਗੁਰ ਨਾਰਾਇਣ ਦੇ ਗੁਰ ਗੁਰ ਸੱਚਾ ਸਿਰਜਨਹਾਰ ਗੁਰ ਤੁਠੇ ਸਭ ਕਿਛ ਪਾਇਆ ਗੁਰ ਤੁਠੇ ਸਭ ਕਿਛ ਪਾਇਆ ਜਨ ਨਾ
ਨਾਨਕ ਸਦ ਬਲਿਹਾਰ, ਸਦ ਬਲਿਹਾਰ। ਓਏ ਤਾਤੇ ਦੁੱਖ ਕਾਟਨ ਹਾਰ, ਓਏ ਤਾਤੇ ਦੁੱਖ ਕਾਟਨ ਹਾਰ, ਓਏ ਦਾਤੇ ਦੁੱਖ ਕਾਟਨ ਹਾਰ। ਗੁਰੂ ਅਰਜਨ ਦੇਵ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਅਕਾਲ ਪੁਰਖ ਪਰਮਾਤਮਾ ਨੂੰ ਸੰਬੋਧਿਤ ਕਰਦੇ ਹੋਏ ਆਪ ਕਹਿੰਦੇ ਹਨ, ਹੇ ਪ੍ਰਭੂ, ਤੂੰ ਸਾਰਿਆਂ ਦੇ ਹੀ ਦੁੱਖਣ ਦਾ ਕੱਟਣਹਾਰ ਹੈ, ਸਾਰਿਆਂ ਦੇ ਹੀ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਕੋਈ ਮਨ ਕਰਕੇ ਦੁਖੀ ਹੈ, ਕੋਈ ਤਨ ਕਰਕੇ ਦੁਖੀ ਹੈ, ਕੋਈ ਧਨ ਕਰਕੇ ਦੁਖੀ ਹੈ। ਕਿਸੇ ਕੋਲ ਧਨ ਹੈ ਲੇਕਿਨ ਮਨ ਦੀ ਸ਼ਾਂਤੀ ਕੋਈ ਨਹੀਂ, ਔਰ ਕਿਸੇ ਦੇ ਪਾਸ ਜੇ ਧਨ ਹੈ ਤਾਂ ਉਸਦਾ ਤਨ ਰੋਗੀ ਹੈ। ਧਨ ਦੇ ਹੁੰਦਿਆਂ ਹੋਇਆਂ ਵੀ ਧਨ ਦਾ ਸੁੱਖ ਨਹੀਂ ਪਾ ਸਕਦਾ। ਔਰ ਜੇ ਕੋਈ ਤਨ ਮਨ ਧਨ ਦਾ ਰੋਗੀ ਤੇਰੇ ਦਰ ਤੇ ਆ ਜਾਵੇ ਔਰ ਤੇਰੇ ਚਰਨਾਂ ਵਿੱਚ ਬੈਠ ਕੇ ਨਾਮ ਜਪੇ ਤਾਂ ਤਨ ਦੇ ਦੁਖੀਏ ਦਾ ਦੁੱਖ ਦੂਰ ਹੋਵੇਗਾ। ਮਨ ਦੇ ਦੁਖੀਏ ਨੂੰ ਪਰਮਾਤਮਾ ਦੀ ਬਾਣੀ ਸੁਣ ਕੇ ਸ਼ਾਂਤੀ ਪ੍ਰਾਪਤ ਹੋਏਗੀ, ਔਰ ਜਿਸ ਨੂੰ ਧਨ ਦੀ ਜ਼ਰੂਰਤ ਹੈ ਉਸ ਨੂੰ ਨਾਮ ਜਪ ਕੇ 9 ਨਿਤੀਆਂ 18 ਸਿੱਧੀਆਂ ਪ੍ਰਾਪਤ ਹੋ ਜਾਣਗੀਆਂ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਬ੍ਰਹਮ ਬਿੰਦੇ ਤਿਸ ਦਾ ਬ੍ਰਹਮ ਮਤ ਰਹੇ, ਏਕ ਸ਼ਬਦ ਲਿਵ ਲਾਏ, 9 ਨਿਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਜੋ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾਉਣਗੇ ਉਹਨਾਂ ਦੇ ਸਾਰੇ ਦੁੱਖ ਉਹ ਦਾਤਾ ਦੂਰ ਕਰ ਦੇਵੇਗਾ, ਕਿਉਂਕਿ ਉਸਦਾ ਨਾਮ ਹੀ ਦੁੱਖ ਕਾਟਨ ਹਾਰ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜੇ ਤੂੰ ਤਨ ਦਾ ਦੁਖੀ ਹੈ ਤਾਂ ਨਾਮ ਜਪ ਤੇਰੇ ਤਨ ਦੇ ਰੋਗ ਦੂਰ ਹੋ ਜਾਣਗੇ, ਜੇ ਮਨ ਕਰਕੇ ਦੁਖੀ ਹੈ ਤਾਂ ਨਾਮ ਜਪ ਤੈਨੂੰ ਪਰਮਾਤਮਾ ਦਾ ਨਾਮ ਸਿਮਰਨ ਦੇ ਨਾਲ ਤੇਰੇ ਆਤਮਾ ਨੂੰ ਬਲ ਪ੍ਰਾਪਤ ਹੋਏਗਾ, ਤੇਰਾ ਮਨ ਸੁਖੀ ਹੋ ਜਾਏ। ਔਰ ਜੇ ਤੈਨੂੰ ਧਨ ਲੋੜ ਹੈ, ਗਰੀਬ ਹੈ, ਤਾਂ ਵੀ ਨਾਮ ਜਪ। ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਆਪ ਕਿਆ ਕਰਦੇ ਸਨ, ਜਿੱਥੇ ਨਾਮ ਹੈ ਉੱਥੇ ਕਿਹੜੀ ਸ਼ੈ ਨਹੀਂ, ਔਰ ਜਿੱਥੇ ਨਾਮ ਨਹੀਂ ਪ੍ਰਭੂ ਦਾ ਉੱਥੇ ਹੈ ਕੀ? ਕੁਛ ਵੀ ਨਹੀਂ। ਇਸ ਵਾਸਤੇ ਜੇ ਦੁਖੀ ਹੈ, ਆਪਣੇ ਦੁੱਖ ਦੂਰ ਕਰਨਾ ਚਾਹੁੰਦਾ ਹੈ, ਤਾਂ ਸਤ ਸੰਗਤ ਵਿੱਚ ਬੈਠ ਕੇ ਜਪ ਸ੍ਰੀ ਵਾਹਿਗੁਰੂ। ਓਏ ਦਾਤੇ ਦੁੱਖ ਕਾਟਨ ਹਾਰ, ਦੁੱਖ ਕਾਟਨ ਹਾਰ।
ਦੁੱਖ ਕਾਟਨ ਪੱਟੀ ਦੇ ਰਾਜੇ ਦੀ ਲੜਕੀ ਜਿਸ ਦਾ ਨਾਮ ਇਤਿਹਾਸ ਵਿੱਚ ਰਜਨੀ ਲਿਖਿਆ। ਆ ਪੱਟੀ ਦਾ ਰਾਜਾ ਹੰਕਾਰੀ ਰਾਜਾ ਜਿਸ ਨੂੰ ਮਾਣ ਸੀ ਕਿ ਮੇਰੇ ਕੋਲ ਜੋ ਕੁਛ ਵੀ ਹੈ ਇਹ ਮੇਰੀ ਸਿਆਣਪ ਔਰ ਚਤੁਰਾਈ ਦੇ ਨਾਲ ਹੈ। ਜਦੋਂ ਮਨੁੱਖ ਦੇ ਵਿੱਚ ਇਹ ਹੰਕਾਰ ਆ ਜਾਂਦਾ ਕਿ ਮੇਰੇ ਕੋਲ ਜੋ ਕੁਛ ਹੈ ਇਹ ਮੇਰੀ ਚਤੁਰਾਈ, ਮੇਰੀ ਸਿਆਣਪ, ਮੇਰੀ ਮਿਹਨਤ ਦਾ, ਤਾਂ ਫਿਰ ਪ੍ਰਭੂ ਦੀ ਖੁਸ਼ੀ ਉਸ 'ਤੇ ਕਦੇ ਨਹੀਂ ਹੁੰਦੀ। ਜੋ ਸ਼ੁਕਰਾਨੇ ਵਿੱਚ ਰਹਿੰਦਾ, ਨਿਮਰਤਾ ਵਿੱਚ ਰਹਿੰਦਾ, ਸਦਾ ਉਸਨੂੰ ਭਾਗ ਲੱਗ ਜਾਂਦੇ, ਉਸਨੂੰ ਹੀ ਖੁਸ਼ੀਆਂ ਮਰਾਤਵੇ ਪ੍ਰਾਪਤ ਹੁੰਦੇ। ਆ ਰਾਜੇ ਪੱਟੀ ਦੀ ਦਾ ਰਾਜਾ ਜਿਹਦੀਆਂ ਸਾਰੀਆਂ ਹੀ ਲੜਕੀਆਂ, ਲੜਕਾ ਘਰ ਕੋਈ ਨਹੀਂ, ਅਤੇ ਸਭ ਤੋਂ ਛੋਟੀ ਲੜਕੀ ਰਜਨੀ। ਇੱਕ ਦਿਨ ਪਿਤਾ ਨੇ ਸਾਰੀਆਂ ਲੜਕੀਆਂ ਨੂੰ ਬੁਲਾ ਕੇ ਪੁੱਛਿਆ, ਬੇਟਾ ਆ ਮੇਰੀ ਬੱਚੀਓ, ਦੱਸੋ ਬਈ ਤੁਸੀਂ ਕਿਦਾ ਦਿੱਤਾ ਖਾਂਦੀ ਹੋ? ਤਾਂ ਰਜਨੀ ਨੂੰ ਛੋੜ ਕੇ ਸਾਰਿਆਂ ਨੇ ਕਿਹਾ, ਪਿਤਾ ਅਸੀਂ ਤੇਰਾ ਦਿੱਤਾ ਖਾਂਦੀਆਂ। ਤਾਂ ਰਜਨੀ ਕੋਲ ਪੁੱਛਿਆ, ਬੇਟਾ ਤੂੰ ਜਵਾਬ ਨਹੀਂ ਦਿੱਤਾ? ਤਾਂ ਰਜਨੀ ਨੇ ਹੱਥ ਜੋੜ ਕੇ ਆਖਿਆ, ਪਿਤਾ ਜੀ ਮੈਂ ਪ੍ਰਭੂ ਦਾ ਦਿੱਤਾ ਖਾਂਦੀ ਹਾਂ, ਕਿਉਂਕਿ ਪ੍ਰਭੂ ਹੀ, ਪਰਮੇਸ਼ਵਰ ਹੀ ਤੁਹਾਨੂੰ ਦੇ ਰਿਹਾ ਔਰ ਤੁਹਾਡੇ ਸਦਕੇ ਸਾਨੂੰ ਪ੍ਰਾਪਤ ਹੋ ਰਿਹਾ, ਇਸ ਵਾਸਤੇ ਮੈਂ ਨਹੀਂ ਸਾਰਾ ਹੀ ਸੰਸਾਰ ਉਸ ਪ੍ਰਭੂ ਦੀ ਦਿੱਤੀ ਹੋਈ ਦਾਤਾਂ ਨੂੰ ਲੈ ਰਹੇ ਹਾਂ। ਸਾਧ ਸੰਗਤ ਬੋਲੋ ਸ੍ਰੀ। ਇਹ ਸੁਣ ਕੇ ਪੱਟੀ ਦੇ ਰਾਜੇ ਜੋ ਹੰਕਾਰ ਨਾਲ ਭਰਿਆ ਸੀ ਕ੍ਰੋਧ ਵਿੱਚ ਆ ਗਿਆ। ਕਹਿਣ ਲੱਗਾ, ਅੱਛਾ ਤੈਨੂੰ ਆਪਣੇ ਪ੍ਰਭੂ ਤੇ ਏਡਾ ਮਾਣ ਹੈ, ਤਾਂ ਫਿਰ ਮੈਂ ਤੇਰਾ ਵਿਆਹ ਅੱਜ ਹੀ ਕਰ ਦਿਆਂਗਾ ਔਰ ਕਰਾਂਗਾ ਵੀ ਉਸ ਪੁਰਖ ਦੇ ਨਾਲ ਜੋ ਤਨ ਦਾ ਕੋੜੀ ਹੋਵੇਗਾ। ਏਡਾ ਕ੍ਰੋਧ ਵਿੱਚ ਆ ਗਿਆ, ਮਾਇਆ ਤਾਰੀ ਅਤ ਅੰਨਾ ਬੋਲਾ, ਗੁਰਸ਼ਬਦ ਨਾ ਸੁਣਹੀ ਬਹੁ ਰੋਲ ਕਚੋਲਾ। ਜੋ ਮਾਇਆ ਧਾਰੀ ਹੁੰਦਾ ਹੈ ਉਸਦੀ ਅੱਖਾਂ 'ਤੇ ਮਾਇਆ ਦੀ ਪੱਟੀ ਬੰਦ ਜਾਂਦੀ ਹੈ, ਉਹਨੂੰ ਮਾਇਆ ਦੇ ਇਲਾਵਾ ਕੁਝ ਨਜ਼ਰ ਹੀ ਨਹੀਂ ਆਉਂਦਾ ਕਿ ਧਰਮ ਕੀ ਹੈ। ਸਾਧ ਸੰਗਤ ਬੋਲੋ ਸ੍ਰੀ। ਰਾਜਾ ਆਪਣੇ ਰਾਜ ਦੇ ਮੱਧ ਵਿੱਚ ਐਸਾ ਹੰਕਾਰੀ ਹੋ ਗਿਆ ਕਿ ਆਪਣੀ ਉਸਤਤ ਨਾ ਸੁਣ ਕੇ ਪ੍ਰਭੂ ਦੀ ਉਸਤਤ ਸੁਣ ਕੇ ਜਲ ਬੁੱਝ ਗਿਆ ਅਤੇ ਅਹਿਲਕਾਰਾਂ ਨੂੰ ਆਦੇਸ਼ ਦਿੱਤਾ, ਬਈ ਜਾਓ ਨਗਰ ਦੇ ਵਿੱਚ ਕੋਈ ਐਸਾ ਪੁਰਖ ਲੱਭ ਕੇ ਲਿਆਓ ਜੋ ਕੋੜੀ ਹੋਵੇ, ਮੁਥਾਜ ਹੋਵੇ, ਅਪਾਹਜ ਹੋਵੇ,
ਮੈਂ ਆਪਣੀ ਛੋਟੀ ਲੜਕੀ ਰਾਜਕੁਮਾਰੀ ਰਜਨੀ ਦਾ ਉਹਦੇ ਨਾਲ ਵਿਆਹ ਕਰਾਂਗਾ ਔਰ ਦੇਖਾਂਗਾ ਫਿਰ ਪ੍ਰਭੂ ਇਸ ਨੂੰ ਕਿਵੇਂ ਦਿੰਦਾ ਹੈ, ਮੈਂ ਦਿੰਦਾ ਹਾਂ ਜਾਂ ਪ੍ਰਭੂ ਦਿੰਦਾ। ਅਹਿਲਕਾਰ ਨਗਰ ਦੇ ਵਿੱਚੋਂ ਇੱਕ ਕੌੜੀ ਨੂੰ ਲੱਭ ਕੇ ਲਿਆਏ। ਜਦੋਂ ਲਿਆਏ ਤੇ ਪਿਤਾ ਨੇ ਆਖਿਆ, ਰਜਨੀ ਆ ਵੇਖ, ਹੁਣ ਵੀ ਜੇ ਤੂੰ ਮੇਰੀ ਉਸਤਤ ਕਰੇ ਨਾ, ਪ੍ਰਭੂ ਦੀ ਉਸਤਤ ਨਾ ਕਰ, ਮੇਰੀ ਉਸਤਤ ਕਰੇ ਤਾਂ ਮੈਂ ਹੁਣ ਵੀ ਤੈਨੂੰ ਮਾਫ਼ ਕਰ ਦਿਆਂਗਾ। ਰਜਨੀ ਕਹਿਣ ਲੱਗੀ, ਪਿਤਾ ਤੁਸੀਂ ਮੇਰੇ ਸੰਸਾਰਿਕ ਪਿਤਾ, ਲੇਕਿਨ ਜੋ ਪਰਮ ਪਿਤਾ ਪਰਮੇਸ਼ੁਰ ਹੈ ਉਹ ਸਭ ਨੂੰ ਦੇ ਰਿਹਾ ਹੈ, ਸਭ ਨੂੰ ਰਿਜਕ ਦੇ ਰਿਹਾ ਹੈ, ਇਹ ਸੱਚ ਹੈ ਔਰ ਮੈਂ ਸੱਚ ਤੋਂ ਮੁੱਖ ਨਹੀਂ ਮੋੜ ਸਕਦੀ। ਸਾਧ ਸੰਗਤ ਬੋਲੋ ਸ੍ਰੀ ਆਖਿਆ, ਜੇ ਮੇਰੀ ਉਸਤਤ ਨਹੀਂ ਕਰੇਂਗੀ ਤਾਂ ਫਿਰ ਮੈਂ ਤੇਰਾ ਵਿਆਹ ਇਸ ਕੌੜੀ ਨਾਲ ਕਰ ਦਿਆਂ। ਆਖਿਆ, ਜੇ ਮੇਰੇ ਭਾਗਾਂ ਵਿੱਚ ਇਹ ਕੌੜੀ ਲਿਖਿਆ ਤਾਂ ਮੈਨੂੰ ਮਨਜ਼ੂਰ ਹੈ। ਤਾਂ ਹੰਕਾਰੀ ਰਾਜੇ ਨੇ ਉੱਥੇ ਹੀ ਕੌੜੀ ਦੇ ਨਾਲ ਰਜਨੀ ਦੇ ਅਗਨੀ ਦੇ ਨਾਲ 7 ਫੇਰੇ ਲੈ ਦਿੱਤੇ ਤੇ ਰਜਨੀ ਦੀ ਮਾਂ ਰੋਈ, ਇਹ ਕੀ ਕਰ ਰਹੇ ਹੋ, ਆਪਣੀ ਲੜਕੀ ਜਿਹੜੀ ਫੁੱਲਾਂ ਤੋਂ ਵੀ ਕੋਮਲ ਹੈ, ਜਿਸਨੇ ਪੈਰ ਕਦੇ ਧਰਤੀ 'ਤੇ ਨਹੀਂ ਰੱਖਿਆ, ਪਾਲਕੀਆਂ ਵਿੱਚ ਚੱਲਦੀ ਹੈ, ਇਹ ਕੌੜੀ ਨਾਲ ਵਿਆਹ ਦਿੱਤਾ ਤੁਸੀਂ, ਆ ਪਿਤਾ ਹੋ ਕੇ ਤੁਸੀਂ ਕੀ ਹੋ, ਤੁਹਾਡਾ ਮਨ ਏਡਾ ਪੱਥਰ ਦਾ ਹੋ ਗਿਆ। ਉਸ ਹੰਕਾਰੀ ਰਾਜੇ ਨੇ ਕੁਝ ਨਾ ਸੁਣਿਆ ਤੇ ਮਾਂ ਨੇ ਰੋ ਕੇ ਆਖਿਆ, ਧੀਏ ਆ ਛੱਡ ਦੇ ਇਸ ਕੌੜੀ ਨੂੰ। ਆਖਿਆ, ਨਹੀਂ, ਹੁਣ ਮੇਰੇ ਇਹਦੇ ਨਾਲ ਫੇਰੇ ਹੋ ਗਏ ਹਨ, ਜਿਉਂ ਜਿਹਾ ਹੈ ਇਹ ਮੇਰਾ ਸਵਾਮੀ ਹੈ, ਮੇਰਾ ਸਿਰ ਦਾ ਤਾਜ ਹੈ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਐਸੀ ਪ੍ਰਤੀਵਰਤਾ ਧਰਮ ਦੀ ਪੱਕੀ ਰਜਨੀ। ਮਾਂ ਨੇ ਆਖਿਆ, ਬੇਟਾ ਤੂੰ ਜਾ ਰਹੀ ਹੈ। ਆਖਿਆ, ਹਾਂ, ਕੀ ਕਰਾਂ ਹੁਣ, ਇਸ ਰਾਜੇ ਪਿਤਾ ਨੇ ਘਰੋਂ ਕੱਢਣ ਦਾ ਵੀ ਹੁਕਮ ਦੇ ਦਿੱਤਾ। ਆਖਿਆ, ਬੇਟਾ ਭਰਿਆ ਘਰ ਹੈ, ਕੁਝ ਤਾਂ ਲੈ ਜਾ। ਆਖਿਆ, ਮੈਨੂੰ ਕੁਝ ਨਹੀਂ ਚਾਹੀਦਾ, ਮੈਨੂੰ ਆਪਣੇ ਪਤੀ ਪਰਮੇਸ਼ਵਰ ਦਾ ਸਿਰ ਤੇ ਸਾਇਆ ਰਵੇ, ਇਹ ਹੀ ਬੋਧ ਹੈ। ਆਖਿਆ, ਕੁਝ ਤਾਂ ਲੈ ਜਾ ਬੇਟੀ, ਭਰਿਆ ਘਰ ਹੈ। ਆਖਿਆ, ਮਾਂ ਜੇ ਦੇਣਾ ਹੀ ਚਾਹੁੰਦੀ ਹੈ ਤਾਂ ਮੈਨੂੰ ਇੱਕ ਪਿਟਾਰੀ ਦੇ ਦੇ, ਜਿਹਦੇ ਵਿੱਚ ਮੈਂ ਆਪਣੇ ਪਿੰਗਲੇ ਪਤੀ ਨੂੰ ਚੁੱਕ ਕੇ ਪਾ ਕੇ ਸਿਰ ਤੇ ਚੁੱਕ ਕੇ ਲੈ ਜਾਊਂ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਇੱਕ ਪਿਟਾਰੀ ਦੇ ਵਿੱਚ ਆਪਣੇ ਪਿੰਗਲੇ ਪਤੀ ਨੂੰ ਰੱਖਿਆ ਤੇ ਰਜਨੀ ਮਹਿਲਾਂ ਦੇ ਸੁੱਖਾਂ ਨੂੰ ਛੱਡ ਕੇ ਧਰਮ ਦੇ ਰਸਤੇ ਤੁਰ ਪਈ। ਹੁਣ ਕਿਤੇ ਬਰਤਨ ਮਾਂਜਦੀ ਹੈ, ਕਿਤੇ ਮਜ਼ਦੂਰੀ ਕਰਦੀ ਹੈ ਤੇ ਜੋ ਟੁੱਕਰ ਮਿਲਦਾ ਹੈ, ਪ੍ਰਸ਼ਾਦਾ ਮਿਲਦਾ ਹੈ, ਆਪਣੇ ਪਤੀ ਨੂੰ ਆ ਕੇ ਪਹਿਲੇ ਖਿਲਾਉਂਦੀ ਹੈ ਫਿਰ ਆਪ ਛਕਦੀ। ਕਿਸੇ ਨੇ ਸਰੋਤ ਪਾਈ, ਰਜਨੀ ਜੇ ਆਪਣਾ ਦੁੱਖ ਦੂਰ ਕਰਨਾ ਚਾਹੁੰਦੀ ਹੈ ਤਾਂ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਹਰਿਮੰਦਰ ਸਾਹਿਬ ਚਲੀ ਜਾ, ਉੱਥੇ 5ਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਬੈਠੇ ਹਨ। ਤਾਂ ਤੁਰ ਪਈ ਰਜਨੀ ਆਪਣੇ ਪਿੰਗਲੇ ਪਤੀ ਨੂੰ ਲੈ ਕੇ ਤੇ ਤੁਰਦੀ ਜਾਂਦੀ ਹੈ ਤੇ ਰਸਤੇ ਵਿੱਚ ਕੀ ਜਪਦੀ ਹੈ, ਅਬ ਕਿਆ ਕਰੂੰ ਮੈਂ, ਕਿਸ ਕੋ ਕਹੂੰ, ਕਿਸ ਕੀ ਆਸ ਹੈ,
मेरी विपत हर को गुरु रामदास है, गुरु रामदास है, गुरु रामदास है। पहुंची रजनी हरमंदर साहब दे कोल, जिदी कार सेवा गुरु अर्जन देव पातशाह करा रहे सन। पिटारी लिया रखी उत्थे जिथे अज दुख बंजनी साहब दी बेरी है। उस वेले इत्थे छपरी होंदी सी जल दी। अपने पिंगले पति नूं पिटारी विच बिठा के ते रजनी ने आख्या, मैं जाके ਗੁਰੂ ਘਰ ਵਿੱਚੋਂ ਜਾ ਕੇ ਪ੍ਰਸ਼ਾਦੇ ਲੈ ਕੇ ਆਉਂਦੀ ਹਾਂ ਲੰਗਰ ਵਿੱਚੋਂ। ਆਪ ਚਲੀ ਗਈ ਲੰਗਰ ਵਿੱਚੋਂ ਪ੍ਰਸ਼ਾਦੇ ਲੈਣ। ਇੱਥੇ ਕੌੜੀ ਨੇ ਵੇਖਿਆ ਕਿ ਇਸ ਜਲ ਦੇ ਵਿੱਚ ਕੌਵੇ ਨਹਾ ਰਹੇ ਹਨ ਅਤੇ ਹੰਸ ਬਣ ਜਾਂਦੇ ਹਨ। ਉਹ ਵੀ ਪਿਟਾਰੀ ਵਿੱਚੋਂ ਨਿਕਲ ਕੇ ਰਿੜਦਾ ਹੋਇਆ ਜਦ ਉਸ ਛਪਰੀ ਦੇ ਜਲ ਵਿੱਚ ਗਿਆ ਤਾਂ ਉਸ ਕੌੜੀ ਦਾ ਕੋੜ ਦੂਰ ਹੋ ਗਿਆ, ਨਵਾਂ ਨਿਰੋਆ ਹੋ ਗਿਆ। ਸਾਧ ਸੰਗਤ ਬੋਲੋ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਦੇ ਦਰ ਤੇ ਜਾ ਕੇ ਰਜਨੀ ਨੇ ਜਦੋਂ ਅਰਦਾਸ ਕੀਤੀ, ਮਾਤ ਗੰਗਾ ਦੇ ਮਨ ਵਿੱਚ ਮੇਰ ਆਈ, ਗੁਰੂ ਅਰਜਨ ਦੇ ਪਾਤਸ਼ਾਹ ਦੇ ਮਨ ਵਿੱਚ ਮੇਰ ਆਈ। ਜਦੋਂ ਉਹ ਰਜਨੀ ਦੇ ਨਾਲ ਉਹਦੀ ਵਿਥਾ ਸੁਣ ਕੇ ਉਸਦੇ ਪਿੰਗਲੇ ਪਤੀ ਨੂੰ ਵੇਖਣ ਆਏ ਤੇ ਉਹ ਤਾਂ ਸੁੰਦਰ ਰਾਜਕੁਮਾਰ ਬਣਿਆ ਹੋਇਆ, ਕੰਚਨ ਵਾਂਗੂ ਜਿਹਦੀ ਕਾਇਆ ਹੈ, ਤਾਂ ਰਜਨੀ ਨੇ ਆਖਿਆ, ਤੁਸੀਂ ਕੌਣ ਹੋ? ਆਖਿਆ, ਰਜਨੀ, ਮੈਂ ਤੇਰਾ ਪਿੰਗਲਾ ਪਤੀ, ਲੇਕਿਨ ਇਸ ਜਲ ਦੀ ਕਰਾਮਾਤ ਹੈ ਜਿਹਦਾ ਨਾਲ ਇਸ਼ਨਾਨ ਕਰਨ ਨਾਲ ਜਿਹਦੇ ਵਿੱਚ ਮੇਰੇ ਕੋੜ ਦੂਰ ਹੋ ਗਿਆ। ਤਾਂ ਗੁਰੂ ਅਰਜਨ ਦੇ ਪਾਤਸ਼ਾਹ ਨੇ ਕਿਹਾ, ਰਜਨੀ, ਜਿੱਥੇ ਗੁਰੂ ਰਾਮਦਾਸ ਜੀ ਨੇ ਤੇਰੇ ਪਿੰਗਲੇ ਪਤੀ ਨੂੰ ਨਵਾਂ ਨਿਰੋਆ ਕਰ ਦਿੱਤਾ, ਉੱਥੇ ਸਾਨੂੰ ਅੰਮ੍ਰਿਤ ਦਾ ਸਰੋਵਰ ਬਖਸ਼ਿਆ ਹੈ। ਤਾਂ ਇਹ ਹੈ ਬਈ ਗੁਰੂ ਘਰ ਦੇ ਵਿੱਚ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਉਹ ਦਾਤਾ ਜਿਹੜਾ ਸਭ ਦੇ ਦੁੱਖਾਂ ਨੂੰ ਦੂਰ ਕਰਦਾ, ਮਨ ਕਰਕੇ ਜੋ ਵੀ ਗੁਰੂ ਦਰਬਾਰ ਤੇ ਆਉਂਦਾ ਹੈ ਉਹਦੇ ਦੁੱਖ ਦੂਰ ਹੋ ਜਾਂਦੇ ਹਨ। ਆਹ ਪਿਆਰ ਨਾਲ ਜਪੀਏ, ਓਏ ਦਾਤੇ ਦੁੱਖ ਕਾਟਨ ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਮਿਲਤ ਪਿਆਰੋ ਪ੍ਰਾਨ ਨਾਥ ਕਵਨ ਭਗਤ ਤੇ, ਮਿਲਤ ਪਿਆਰੋ ਭਗਤ ਤੇ, ਸਾਧ ਸੰਗਤ ਪਾ
ਜਗਤ ਤੇ ਮਿਲਤ ਪਿਆਰੋ ਸਾਧ ਸੰਗਤ ਪਾਈ ਪਰਮ ਗਤੇ ਸਾਧ ਸੰਗਤ ਪਾਈ ਪਰਮ ਗਤੇ ਮਿਲਤ ਪਿਆਰੋ ਕਵਨ ਭਗਤ ਤੇ ਮਿਲਤ ਪਿਆਰੋ ਜੋਈ ਜੋਈ ਕੀਨੋ ਸੋਈ ਸੋਈ ਦੇਖਿਓ
साध संगत पाई परम गते साध संगत पाई परम गते मिलत प्यारो शुकर मंगल शुकर बुध वीर शुकराना शुकर शनि इतवार भी तेरा तेरा शुकर करूं रोजाना। ओम नमः शिवाय शिव जी सदा सहाय। ओम नमः शिवाय गुरु जी सदा सहाय। ओम नमः शिवाय शिव जी सदा सहाय। ओम नमः शिवाय गुरु जी सदा सहाय। रहमतों को तेरे गुरु जी कैसे भूल जाऊं मैं। रहमतों को तेरे गुरु जी कैसे भूल जाऊं मैं। शुक्र मनाऊं तेरा शुक्र मनाऊं मैं। उपकार तेरे गुरु जी गिन भी न पाऊं मैं। उपकार तेरे गुरु जी गिन भी न पाऊं। शुक्र मनाओ तेरा शुक्र मनाओ मैं। शुक्र मनाओ तेरा शुक्र मनाओ मैं। रहमतों को तेरे गुरु जी कैसे भूल जाऊं मैं। रहमतों को तेरे गुरु जी कैसे भूल जाऊं मैं। शुक्र मनाओ तेरा शुक्र मनाओ मैं। सुख में भी दुख में भी साथ निभाया है। हम चाहे भूले पर तूने ना भुलाया है। हो सुख में भी दुख में भी साथ निभाया है। हम चाहे भूले पर तूने ना भुलाया है। महिमा अपार तेरी दिन रात गाऊं मैं। शुक्र मनाऊं तेरा
शुक्रो मनाऊ मैं रहमतों को तेरे गुरु जी कैसे भूल जाऊ मैं रहमतों को तेरे गुरु जी कैसे भूल जाऊ मैं शुक्र मनाओ तेरा शुक्र मनाओ मैं तो यकीन मेरा तू ही विश्वास है तुझसे ये जिंदगी में हर खुशी की आस है तू ही तो यकीन मेरा तू ही विश्वास है तुझसे ये जिंदगी में हर खुशी की आस है चरणों में तेरे गुरु जी सर को झुकाऊं मैं शुक्र मनाऊं तेरा शुक्र मनाऊं मैं रहमतों को तेरे गुरु जी कैसे भूल जाऊं मैं रहमतों को तेरे गुरु जी कैसे भूल जाऊं मैं शुक्र मनाऊं तेरा शुक्र मनाऊं मैं उपकार तेरे गुरु जी गिन भी ना पाऊं मैं उपकार तेरे गुरु जी गिन भी ना पाऊं मैं शुक्र मनाऊं तेरा शुक्र मनाऊं मैं शुक्र मनाऊं तेरा शुक्र मनाऊं रहमतों को तेरे गुरु जी कैसे भूल जाऊं मैं रहमतों को तेरे गुरु जी कैसे भूल जाऊं मैं शुक्र मनाऊं तेरा शुक्र मनाऊं मैं शुक्र मनाऊं तेरा शुक्र मनाऊं मैं शुक्र मनाऊं तेरा शुक्र शुक्र मनाओ तेरा शुक्र मनाओ मैं जय गुरु जी की अब हम मंत्र जाप करेंगे Oh
प्रभु हरे शिवा।
ਦਾ।